कोरोना 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 ਇਹ ਸ਼ਬਦ ਚੇਤਿਆਂ ਚੋਂ ਮੜਾ ਜਾਂ ਪਿੱਛੇ ਹਟਿਆ ਸੀ ਤੇ ਫਿਰ ਚਰਚਾ ਦੇ ਵਿੱਚ ਆ ਗਿਆ ਹੈ করোনা ਨੇ ਫਿਰ ਸਿਰੀ ਚੁੱਕ ਲਈ ਹੈ ਭਾਰਤ ਦੇ ਵਿੱਚ ਫਿਰ ਮਾਮਲੇ ਸਾਹਮਣੇ ਆ ਰਹੇ ਨੇ ਡਾਕਟਰਸ ਕੀ ਕਹਿੰਦੇ ਨੇ ਮਾਹਿਰ ਕੀ ਕਹਿੰਦੇ ਨੇ ਦਰਸ਼ਕਾਂ ਦੇ ਨਾਲੇ ਵੀ ਜਾਣਕਾਰੀ ਸਾਂਝੀ ਕਰ ਲਈਏ ਹਾਲਾਤ ਕਿਦਾਂ ਦੇ ਨੇ ਭਾਰਤ ਦੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਪੰਜਾਬ ਦੇ ਹਾਲਾਤ ਤੇ ਭਾਰਤ ਦੇ ਹਾਲਾਤਾਂ ਤੇ ਅਸੀਂ ਗੱਲ ਕਰਦੇ ਆਂ ਕਿ ਕੋਰੋਨਾ ਦੇ ਵਿੱਚ ਕੀ ਹੈ ਇਸ ਵੇਲੇ ਇਹਦਾ ਜਿਹੜਾ ਵੇਰੀਐਂਟ ਆਇਆ ਸੀ ਨਾ ਓਮਿਕਰੋਨ ਜਿਸ ਦੇ ਬਾਰੇ ਰੌਲਾ ਸੀ ਜਿਹੜੇ ਜਿਹੜੇ ਵੇਰੀਏਟ ਨੇ ਭਾਰਤ ਦੇ ਵਿੱਚ ਜ਼ਿਆਦਾ ਤਬਾਹੀ ਮਚਾਈ ਹੈ ਤੇ ਸੈਟਲਾਈਟ ਦੇ ਵਿੱਚੋਂ ਆਖਿਆ ਗਿਆ ਦੁਨੀਆ ਵੱਲੋਂ ਕਿ ਸਿਵੇ ਵਲਦੇ ਹੋਏ ਵੇਖੇ ਜਾ ਸਕਦੇ ਨੇ ਦਰਿਆਵਾਂ ਦੇ ਕੰਢਿਆਂ ਤੋਂ ਲਾਸ਼ਾਂ ਲੱਭੀਆਂ ਨੇ ਉਹ ਵੇਰੀਏਟ ਹੋਰ ਸੀ ਤੇ ਓਮਿਕਰੋਨ ਉਸ ਤੋਂ ਬਾਅਦ ਆਇਆ ਸੀ ਪਰ ਹੁਣ ਵਾਲਾ ਜਿਹੜਾ ਵੇਰੀਏਟ ਹੈ ਇਹ ਓਮਿਕਰੋਨ ਦਾ ਵੀ ਸਬ ਵੇਰੀਏਟ ਹੈ ਜਿਸ ਨੂੰ BF7 ਆਖਿਆ ਜਾ ਰਿਹਾ ਇਸ ਵੇਲੇ ਦੁਨੀਆ ਦੇ ਵਿੱਚ ਇਸ ਨੇ ਕਾਫੀ ਤਰਥੱਲੀ ਮਚਾਈ ਹੋਈ ਹੈ ਬਹੁਤ ਸਾਰੇ ਕੰਟਰੀਜ਼ ਜਿਹੜੇ ਨੇ ਦੇਸ਼ ਜਿਹੜੇ ਨੇ ਉਹ ਕੋਵਿਡ ਪ੍ਰੋਟੋਕੋਲ ਜਿਹੜਾ ਉਸ ਨੂੰ ਖਤਮ ਕਰ ਚੁੱਕੇ ਨੇ ਉਹਨਾਂ ਨੂੰ ਜਹਾਜ਼ਾਂ ਦੇ ਵਿੱਚ ਮਾਸਕ ਪਾ ਕੇ ਬਹਿਣ ਦੀ ਲੋੜ ਨਹੀਂ ਪਬਲਿਕ ਪਲੇਸਿਸ ਤੇ ਮਾਸਕ ਪਾ ਕੇ ਜਾਣ ਦੀ ਲੋੜ ਨਹੀਂ ਹੋਰ ਰੈਸਟ੍ਰਿਕਸ਼ਨਾਂ ਉਹਨਾਂ ਨੇ ਹਟਾ ਦਿੱਤੀਆਂ ਟੀਕਾ ਕਰਨ ਦੇ ਸਰਟੀਫਿਕੇਟ ਨਹੀਂ ਚੈੱਕ ਕੀਤੇ ਜਾਂਦੇ ਟੈਸਟਿੰਗ ਵੀ ਨਹੀਂ ਕੀਤੀ ਜਾਂਦੀ ਪਰ ਲੋਕਾਂ ਨੂੰ ਸਾਵਧਾਨ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਜਿਹੜੇ ਨੇ ਕੇਸਿਸ ਕਾਫੀ ਨੇ ਪਰ ਫਲੂ ਤੇ ਆਰਐਸਵੀ ਇੱਕ ਵਾਇਰਸ ਹੈ ਜੋ ਇਸ ਦੇ ਵਿੱਚੋਂ ਉਪਜਾ ਦੱਸਿਆ ਜਾ ਰਿਹਾ ਉਹਦੇ ਨਾਲ ਰਿਲੇਟਡ ਜਾ ਦੱਸਿਆ ਜਾ ਰਹੇ ਨੇ ਹੁਣ ਗੱਲ ਕਰਦੇ ਆਂ ਭਾਰਤ ਦੀ ਭਾਰਤ ਦੇ ਵਿੱਚ ਜੇ ਅਸੀਂ ਅੰਕੜਿਆਂ ਦੀ ਖੇਡ ਦਾ ਗੱਲ ਕਰੀਏ ਤੇ ਚੀਨ ਦੇ ਵਿੱਚ ਇਸ ਵੇਲੇ ਬਹੁਤ ਬੁਰਾ ਹਾਲ ਹੈ ਉਸ ਮੁਕਾਬਲੇ ਭਾਰਤ ਬਹੁਤ ਥੱਲੇ ਦੱਸਿਆ ਜਾ ਰਿਹਾ ਚੀਨ ਦੇ ਵਿੱਚ ਬਹੁਤ ਜ਼ਿਆਦਾ ਰੈਸਟ੍ਰਿਕਸ਼ਨਾਂ ਲੱਗੀਆਂ ਹੋਈਆਂ ਨੇ ਦੁਬਾਰਾ ਔਰ ਜਿਹੜੀ ਪ੍ਰੋਡਕਸ਼ਨ ਹੈ ਦੁਨੀਆ ਨੂੰ ਇੰਨਾ ਮਾਲ ਸਪਲਾਈ ਕਰਦਾ ਚੀਨ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਫਿਕਰ ਪਿਆ ਹੋਇਆ ਕਿ ਸਾਡਾ ਕ੍ਰਿਸਮਸ ਦਾ ਸੀਜ਼ਨ ਵੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਜੋ ਮਾਲ ਚਾਹੀਦਾ ਉਹ ਚਾਈਨਾ ਅਗਰ ਨਹੀਂ ਪ੍ਰੋਡਿਊਸ ਕਰੇਗਾ ਤਾਂ ਅਸੀਂ ਕਿੱਥੋਂ ਲਵਾਂਗੇ ਸੋ ਇੱਕ ਵਾਰੀ ਫੇਰ ਦੁਨੀਆ ਦੀ ਆਰਥਿਕਤਾ ਤੇ ਨਜ਼ਰ ਪੈ ਰਹੀ ਹੈ ਕਰੋਨਾ ਦੀ ਏਡੀ ਕੋਈ ਗੱਲ ਨਹੀਂ ਹੈ ਪਰ ਕੇਸ ਬਹੁਤ ਵਧ ਰਹੇ ਨੇ ਚੀਨ ਦੇ ਵਿੱਚ ਬਹੁਤ ਬੁਰਾ ਹਾਲ ਦੱਸਿਆ ਜਾ ਰਿਹਾ ਹੈ ਜਾਪਾਨ ਦੇ ਵਿੱਚ ਇਸ ਵੇਲੇ 65 ਲੱਖ ਜਿਹੜੇ ਕੇਸ ਨੇ ਐਕਟਿਵ ਕੇਸ ਕਰੋਨਾ ਦੇ ਦੱਸੇ ਜਾ ਰਹੇ ਨੇ ਅਮਰੀਕਾ ਦੇ ਵਿੱਚ ਵੀ 17 ਲੱਖ ਨੇ ਦੱਖਣੀ ਕੋਰੀਆ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਹੈ ਪੋਲੈਂਡ ਦੇ ਵਿੱਚ ਬਹੁਤ ਵੱਡੀ ਗਿਣਤੀ ਹੈ ਫਰਾਂਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕੇਸ ਸਾਹਮਣੇ ਆ ਰਹੇ ਨੇ ਹੁਣ ਗੱਲ ਇਹ ਹੈ ਕਿ ਭਾਰਤ ਵਿੱਚ ਕਿੰਨੇ ਨੇ ਜਾਂ ਤੇ ਭਾਰਤ ਵਾਲਿਆਂ ਨੇ ਟੈਸਟਿੰਗ ਬੰਦ ਕਰ ਦਿੱਤੀ ਸਿਰਫ 5-7000 ਕੇਸ ਦੱਸੇ ਜਾ ਰਹੇ ਨੇ ਪੂਰੇ ਭਾਰਤ ਦੇ ਵਿੱਚ ਪਰ ਯੂਨੀਅਨ ਹੈਲਥ ਮਿਨਿਸਟਰ ਮਨਸੂਖ ਮੰਡਵਿਆ ਉਹਨਾਂ ਨੇ ਰਾਹੁਲ ਗਾਂਧੀ ਤੇ ਹੋਰਨਾਂ ਨੂੰ ਜਿਹੜੇ ਸੀ ਉਹ ਉਹਨਾਂ ਨੇ ਤਾੜਨਾ ਕੀਤੀ ਕਿ ਤੁਸੀਂ ਜਿਹੜੀ ਭਾਰਤ ਜੋੜੋ ਯਾਤਰਾ ਚਲਾ ਰਹੇ ਹੋ ਇਹ ਕੋਰੋਨਾ ਫੈਲਾਉਣ ਦਾ ਕਾਰਨ ਬਣ ਰਹੀ ਹੈ ਇਸ ਦੇ ਵਿੱਚ ਕੋਵਿਡ ਪ੍ਰੋਟੋਕੋਲ ਦਾ ਖਿਆਲ ਰੱਖਿਆ ਜਾਵੇ ਕਾਂਗਰਸ ਵਾਲੇ ਅੱਗੋਂ ਪੈ ਗਏ ਨੇ ਉਹਨਾਂ ਨੇ ਉਹ ਕਹਿੰਦੇ ਕਿ ਸਾਨੂੰ ਜਿਹੜਾ ਪੁਆਇੰਟ ਆਊਟ ਕਰਕੇ ਤੁਸੀਂ ਇਹ ਗੱਲ ਕਰ ਰਹੇ ਹੋ ਇਸ ਦਾ ਬੇਸਿਸ ਕੀ ਹੈ ਤੁਹਾਡੇ ਕੋਲ ਉਹ ਕਹਿੰਦੇ ਦੇਖੋ ਜੀ ਹਿਮਾਚਲ ਦਾ ਨਵੇਂ ਬਣਿਆ ਮੁੱਖ ਮੰਤਰੀ ਵੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ ਸੀ ਤੇ ਉਹਨਾਂ ਨੂੰ ਵੀ ਹੋ ਗਿਆ ਫਲਾਨੇ ਨੂੰ ਵੀ ਹੋ ਗਿਆ ਫਲਾਨੇ ਨੂੰ ਵੀ ਹੋ ਗਿਆ ਤੇ ਇਸ ਕਰਕੇ ਤੁਹਾਨੂੰ ਅਸੀਂ ਕਹਿੰਦੇ ਆ ਕਿ ਤੁਸੀਂ ਪ੍ਰੋਟੋਕਾਲ ਦੀ ਉਲੰਘਣਾ ਨਾ ਕਰੋ ਹੁਣ ਪੰਜਾਬ ਦੇ ਵਿੱਚ ਕੇਸਿਸ ਇਸ ਤਰ੍ਹਾਂ ਦੇ ਕੋਈ ਸਾਹਮਣੇ ਨਹੀਂ ਆ ਰਹੇ ਪਰ ਭਾਰਤ ਦੇ ਵਿੱਚ ਏਮਜ਼ ਦੇ ਵਿੱਚ ਅੱਜ ਡਾਕਟਰਾਂ ਦੀ ਇੱਕ ਵੱਡੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਇਹ ਦੱਸਿਆ ਗਿਆ ਕਿ ਨੀਤੀ ਆਯੋਗ ਵੱਲੋਂ ਬੇਨਤੀਆਂ ਕੀਤੀਆਂ ਜਾਂ ਸਕਦੀਆਂ ਨੇ ਕਿ ਕੋਵਿਡ ਰੈਸਟ੍ਰਿਕਸ਼ਨਾਂ ਵੀ ਲੱਗ ਸਕਦੀਆਂ ਨੇ ਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇ ਮਾਸਕ ਬਹਰਾ ਲਾਉਣੇ ਜ਼ਰੂਰੀ ਕਰ ਦਿੱਤੇ ਜਾਣ ਇੱਕ ਵਾਰ ਫੇਰ ਕੋਵਿਡ ਨੇ ਕਰੋਨਾ ਨੇ ਆਪਣਾ ਜਿਹੜਾ ਸਿਰ ਚੁੱਕਿਆ ਪਰ ਇੰਨਾ ਜ਼ਿਆਦਾ ਅਜੇ ਲੈ ਭਾਰਤ ਵਿੱਚ ਨਹੀਂ ਹੈ ਚੀਨ ਵਾਲੇ ਜਾਪਾਨ ਵਾਲੇ ਕਹਿ ਰਹੇ ਨੇ ਕਿ ਸਾਡੇ ਜਿੱਥੇ ਜਿਹੜਾ ਫੈਲਿਆ ਹੋਇਆ ਅਸੀਂ ਪੀਕ ਜਿਹੜੀ ਹੈ ਜਨਵਰੀ ਫਰਵਰੀ ਚ ਹੋਵੇਗੀ ਜੇ ਇਹੋੇ ਹਾਲਾਤ ਹੈ ਤੇ ਦੁਨੀਆ ਦੇ ਦੂਸਰੇ ਹਿੱਸਿਆਂ ਵਿੱਚ ਵੀ ਫੈਲ ਸਕਦਾ ਹੈ ਪਰ ਜਿਹੜਾ ਕੋਈ ਪ੍ਰਕੌਸ਼ਨ ਵਜੋਂ ਕੁਝ ਦਵਾਈਆਂ ਲੈਣ ਲਈ ਭਾਰਤ ਸਰਕਾਰ ਜਿਹੜੀ ਹੈ ਭਾਰਤ ਸਰਕਾਰ ਦਾ ਜਿਹੜਾ ਸਿਹਤ ਮੰਤਰਾਲਾ ਉਹ ਦੁਨੀਆ ਨੂੰ ਕਹਿ ਸਕਦਾ ਹੈ ਕਿ ਟੀਕਾ ਕਰਨ ਦੀ ਮੁਹਿੰਮ ਨੂੰ ਇੱਕ ਵਾਰ ਫੇਰ ਅੱਗੇ ਤੋਰਿਆ ਜਾ ਸਕਦਾ ਟੀਕਾ ਕਰਨ ਬਾਰੇ ਜਿਹੜੇ ਪਿਛਲੇ ਦਿਨਾਂ ਵਿੱਚ ਪੈ ਸ਼ੰਕੇ ਨੇ ਕਿ ਜਿਨ੍ਹਾਂ ਨੇ ਟੀਕੇ ਲਗਵਾਏ ਸੀ ਉਹਨਾਂ ਨੂੰ ਆਹ ਹੋ ਗਿਆ ਇਹ ਵੀ ਗੱਲ ਉਪਜੀ ਕਿ ਹਾਰਟ ਅਟੈਕ ਦੀਆਂ ਗੱਲਾਂ ਜਿਹੜੀਆਂ ਨੇ ਉਹ ਹੋਈਆਂ ਕਿ ਜਿਨ੍ਹਾਂ ਨੇ ਟੀਕਾ ਲਗਵਾਏ ਸੀ ਉਹਨਾਂ ਵਿੱਚ ਹਾਰਟ ਅਟੈਕ ਦਾ ਖਤਰਾ ਵਧ ਗਿਆ ਇਹੋ ਜੀ ਥਿਊਰੀ ਨੂੰ ਸਪੋਰਟ ਕਰਨ ਲਈ ਸਾਇੰਸ ਦੇ ਵਿੱਚ ਜਾਂ ਅੰਕੜਿਆਂ ਦੇ ਵਿੱਚ ਕੁਝ ਅਜੇ ਤੱਕ ਸਾਹਮਣੇ ਨਹੀਂ ਆਇਆ ਪਰ ਯੈਸ ਕਰੋਨਾ ਇੱਕ ਵਾਰੀ ਫੇਰ ਸਿਰ ਚੁੱਕਦਾ ਹੋਇਆ ਨਜ਼ਰ ਆ ਰਿਹਾ